ਤੇ ਹੁਣ ਤੁਹਾਨੂੰ ਚੌਧਰੀ ਇਸਹਾਕ ਸਾਹਿਬ ਆਪਣਾ ਤਾਰਫ ਕਰਾਉਣਗੇ, ਯਾਨੀ ਕਿ ਸਪਾਈਡਰਮੈਨ ਸਾਹਿਬ ਤੁਹਾਨੂੰ ਆਪਣਾ ਤਾਰਫ ਕਰਾਉਣਗੇ। ਚਲੋ ਹੁਣ ਤੁਸੀਂ ਆਪੀ ਗੱਲ ਕਰ ਲਓ ਇਹਨਾਂ ਨਾਲ। ਨਾਮ ਦੋ ਮੇਰਾ ਚੌਧਰੀ ਸਾਖ ਹੈ, ਪਰ ਅਗਰ ਕਿਸੇ ਨੇ ਪੁੱਛਣਾ ਹੋ ਤੋ ਉਧਰ ਲੋਕ ਮੁਝੇ ਸਾਕਾ ਕੰਜਰ ਕੇ ਨਾਮ ਸੇ ਜਾਣਦੇ ਹੈ। ਅੱਛਾ ਫਿਰ ਹੁਣ ਚੱਲੇ, ਆਪਣਾ ਧਿਆਨ ਰੱਖਿਓ ਤੇ ਅਗਲੀ ਵਾਰੀ ਫੇਰ ਆਵਾਂਗੇ ਤੁਹਾਨੂੰ ਮਿਲਣ। ਬਾਏ ਬਾਏ। ਕੈਸੀ ਐਕਟਿੰਗ ਕੀਤੀ ਹੈ ਫਿਰ ਮੈਂ ਹੈ? ਮੈਨੂੰ ਤਾਂ ਯਕੀਨ ਵੀ ਨਹੀਂ ਹੋਣ ਡਿਆ ਸੀ ਵਾਕਈ ਇੰਨੇ ਫੇਮਸ ਹੋ ਗਏ ਆ। ਯਕੀਨ ਤੇ ਮੈਨੂੰ ਵੀ ਨਹੀਂ ਹੋਣ ਡਿਆ। ਵੈਸੇ ਇੱਕ ਗੱਲ ਤੇ ਮੈਨੂੰ ਦੱਸ, ਤੂੰ ਉੱਥੇ ਆਪਣੀ ਆਵਾਜ਼ ਕਿੰਝ ਬਦਲੀ ਸੀ? ਉਹ ਪਤਾ ਨਹੀਂ ਕੀ ਹੋਇਆ, ਆਪੇ ਮੇਰੀ ਇੰਦੀ ਆਵਾਜ਼ ਨਿਕਲਣ ਲੱਗ ਪਈ ਸੀ। ਸ਼ਰਮਾਨ ਆ ਮੇਰੇ ਸਾਹਮਣੇ, ਮੈਨੂੰ ਪਤਾ ਤੂੰ ਆਪੀ ਆਵਾਜ਼। ਆਹੋ ਸਹੀ ਨਾ। ਅਸਲਾਮੁਅਲੈਕੁਮ, ਕੀ ਹਾਲ ਹੈ? ਵਾਲੇਕੁਮ ਸਲਾਮ। ਓਏ ਸੀੜੀਆਂ ਚੜ ਗਏ ਤੇ ਸਾਈ ਚੜ ਗਏ। ਨਿੰਬੂ ਆਏ? ਹਾਂਜੀ। ਨਿੰਬੂ ਪਾਣੀ ਵੀ ਬਣਾ ਦੋ ਫਿਰ। ਤੁਸੀਂ ਬਾਬਾ ਮੈਂ ਬਣਾ ਕੇ ਲਿਆ ਕਰ ਰਿਹਾ। ਅਸਲ ਚ ਮੈਂ ਤੁਹਾਨੂੰ ਇਹ ਦੇਣ ਆਇਆ ਹਾਂ, ਤੁਹਾਨੂੰ ਇਹ ਚੈੱਕ ਮਿਲਿਆ ਜਿਹੜਾ ਤੁਸੀਂ ਸ਼ੋਅ ਕੀਤਾ ਨਾ ਅੱਜ, ਬੜਾ ਮਜ਼ੇਦਾਰ ਉਹਦੇ ਵਾਸਤੇ। ਸ਼ੁਕਰੀਆ ਭੈਣ ਤੁਹਾਡਾ ਬਹੁਤ ਬਹੁਤ। ਅੱਛਾ ਤੋ ਮੈਂ ਚਲਤੀ ਹੂੰ। ਬਹੁਤਾ ਸ਼ੌਕ ਆ ਨਾ ਮਨ? ਕਿਉਂ, ਤੈਨੂੰ ਕੋਈ ਮਸਲਾ? ਉਹ ਐਵੇਂ ਮਰ ਜਾਏਗਾ ਮੇਰੇ ਹੱਥੋਂ। ਤੇ ਜੇ ਮੈਂ ਤੇਰੇ ਉੱਤੇ ਬਹਿ ਗਿਆ ਨਾ, ਤੇਰਾ ਕੱਖ ਨਹੀਂ ਹੋ ਰਹਿਣਾ ਫਿਰ। ਐ ਤੇ ਫਿਰ ਚੀਟਿੰਗ ਹੋਈ ਨਾ, ਐ ਤੇ ਗੱਲ ਗਲਤ ਹੈ ਫਿਰ। ਮੇਰੇ ਅੱਗੇ ਬਹੁਤੀ ਬਕਵਾਸ ਨਾ ਕਰ, ਇੱਕ ਜੰਡ ਪੈਣੀ ਦੇ। ਮੈਂ ਤੇ ਮਜ਼ਾਕ ਕਰਨ ਡਿਆ ਹਾਂ। ਤੂੰ ਮੇਰਾ ਮੀਟਰ ਚਾਰਟ ਕਰਦਾ? ਜਿਹੜੀ ਰਿਕਾਰਡਿੰਗ ਕੀਤੀ ਆ ਉਹ ਹਾਣੀ ਕਿਨੂੰ ਹੀ, ਤੈਨੂੰ ਮੈਂ ਜਾਣ ਹੀ ਨਹੀਂ ਦੇਣਾ ਇੱਥੋਂ। ਤੁਹਾਨੂੰ ਆਵਾਜ਼ ਆਈ? ਮੇਰੀ ਅੰਮੀ ਮੈਨੂੰ ਬੁਲਾ ਰਹੀ ਨੇ, ਮੈਂ ਇੱਕ ਮਿੰਟ ਉਹਨਾਂ ਦੀ ਗੱਲ ਸੁਣ ਕੇ ਆਇਆ। ਬਸ ਇੱਕ ਮਿੰਟ, ਤੁਸੀਂ ਇੱਥੇ ਹੀ ਖਲੋ, ਮੈਂ ਉਹਨਾਂ ਦੀ ਗੱਲ ਸੁਣ ਕੇ ਹੁਣੇ ਹੀ ਆਇਆ। ਮੈਂ ਇੱਥੇ ਹੀ ਖਲੋਤਾ, ਛੇਤੀ ਆ, ਮੈਂ ਇੱਥੇ ਹੀ ਹਾਂ ਭੈਣ, ਬਸ ਇੱਕ ਮਿੰਟ 'ਚ ਆਇਆ। ਓਹੋ, ਲੱਭਦਾ ਰਿਹਾ ਮੈਨੂੰ।